ਲਾਂਬੜਾ ਅਧੀਨ ਪੈਂਦੇ ਪਿੰਡ ਬਾਦਸ਼ਾਹਪੁਰ ਵਿੱਚ ਕੁਝ ਚੋਰਾਂ ਵੱਲੋਂ ਪ੍ਰਾਇਮਰੀ ਅਤੇ ਮਿਡਲ ਦੋ ਸਰਕਾਰੀ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਮੁਤਾਬਕ ਸਕੂਲ ਦੇ ਮੁੱਖ ਅਧਿਆਪਕ ਮਦਨ ਲਾਲ ਜੀ ਨੇ ਦੱਸਿਆ ਕਿ ਚੋਰ ਅੱਧੀ ਰਾਤ ਵੇਲੇ ਸਕੂਲ ਦੀਆਂ ਕੰਧਾਂ ਟੱਪ ਕੇ ਕਮਰਿਆਂ ਦੀਆਂ ਖਿੜਕੀਆਂ ਨੂੰ ਤੋੜ ਕੇ ਅੰਦਰ ਦਾਖਲ ਹੋਏ ਅਤੇ ਸਕੂਲ ਵਿੱਚ ਲੱਗਿਆ ਇੱਕ ਪ੍ਰੋਜੈਕਟਰ ਅਤੇ ਸਪੀਕਰ, 4 LCDਾਂ, 4 ਬੈਟਰੀਆਂ ਅਤੇ 2 ਸਿਲੰਡਰ ਵੀ ਚੋਰੀ ਕਰਕੇ ਫਰਾਰ ਹੋ ਗਏ ਨੇ, ਜਿਸ ਨਾਲ ਦੋਹਾਂ ਸਕੂਲਾਂ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਹਦੇ ਸੂਚਨਾ ਮਿਲਦੇ ਹੀ ਥਾਣਾ ਲਾਂਬੜਾ SHO ਸੁਖਦੇਵ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲੰਧਰ ਤੋਂ ਡੈਵਿਡ ਬਹਿਲ ਦੀ ਰਿਪੋਰਟ ਦੇ ਨਾਲ TVN ਰਾਏ। ਹਾਂਜੀ ਸਰ। ਹਾਂਜੀ, ਮੈਂ ਮਿਡਲ ਸਕੂਲ ਬਾਦਸ਼ਾਹਪੁਰ ਤੋਂ ਮਦਨ ਲਾਲ ਇੰਚਾਰਜ। ਇੱਥੇ ਤਕਰੀਬਨ 10 ਵਾਰ ਚੋਰੀਆਂ ਹੋ ਚੁੱਕੀਆਂ ਜੀ, ਅਤੇ ਰਾਤ ਫਿਰ ਹੋ ਗਈ ਹੈ ਚੋਰੀ। ਜਿਸ ਵਿੱਚ ਇਸ ਸਕੂਲ ਦਾ 1 LED 43 ਇੰਚ, 1 LED 32 ਇੰਚ, 1 ਮੋਨੀਟਰ 18 ਇੰਚ ਅਤੇ 4 ਬੈਟਰੀਆਂ ਚੋਰੀ ਹੋ ਗਈਆਂ। ਤੁਸੀਂ ਹੋਰ ਵੀ ਕੁਛ ਚੋਰੀ ਹੋਇਆ? ਹੋਰ ਨਹੀਂ ਕੋਈ ਚੋਰੀ ਹੈ, ਉੱਧਰ ਪ੍ਰਾਇਮਰੀ ਸਕੂਲ 'ਚੋਂ ਹੋਇਆ ਜੀ। 1 ਪ੍ਰੋਜੈਕਟਰ, 1 LED ਵਿਦ ਸਪੀਕਰ, ਉਹ ਲੱਗ ਗਿਆ। ਹਾਂਜੀ, ਉਹ ਲੱਗ ਗਿਆ ਜੀ, ਉਹ ਨਾਲ ਹੀ ਸਕੂਲ ਅਟੈਚ ਆ ਉਹਦਾ, ਸਾਡੇ ਇਕੱਠੇ ਦੋਨੇ। ਆ ਜਿਹੜਾ ਤੁਸੀਂ ਵੇਰਵਾ ਦਿੱਤਾ ਆ, ਉਹ ਕਿਹੜਾ ਵੇਰਵਾ ਦਿੱਤਾ, ਕਿਹਦਾ? ਇਹ ਪਹਿਲਾਂ ਆਪਣੇ ਸਕੂਲ ਦਾ ਦਿੱਤਾ, ਮਿਡਲ ਸਕੂਲ ਦਾ ਜੀ, ਦੂਜਾ ਜਿਹੜਾ ਆ ਉਹ ਪ੍ਰਾਇਮਰੀ ਸਕੂਲ ਦਾ। ਠੀਕ ਹੈ ਜੀ, ਯਾਨੀ ਸਾਰਿਆਂ ਦਾ ਇੱਕੋ ਵੇਰਵਾ ਦਿੱਤਾ ਤੁਸੀਂ? ਹਾਂਜੀ ਹਾਂਜੀ। ਅਤੇ ਸਰ, ਕੋਈ ਤੁਹਾਡੇ ਵੱਲੋਂ ਕੋਈ, ਜਿੱਦਾਂ ਤੁਸੀਂ ਦੱਸਿਆ ਵੀ 9-10 ਵਾਰੀ ਚੋਰੀ ਹੋ ਗਈ ਆ, ਤੁਹਾਡੇ ਵੱਲੋਂ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਜਾਂਦੇ ਜਾਂ ਸਿਕਿਉਰਿਟੀ ਨੂੰ ਲੈ ਕੇ? ਸਰਕਾਰ ਨੇ ਕਰਨੀ, ਅਸੀਂ ਕੀ ਕਰ ਸਕਦੇ? ਕੋਈ ਤੁਹਾਡੇ ਵੱਲੋਂ ਕੋਈ ਸਰਕਾਰ ਨੂੰ ਜਾਂ ਥਾਣੇ ਨੂੰ ਕੋਈ ਮੰਗ ਪੱਤਰ ਦਿੱਤਾ ਇਸ ਬਾਰੇ ਵੀ ਸਾਡੀ 10 ਵਾਰੀ ਚੋਰੀ ਹੋ ਗਈ? ਪੁਲਿਸ ਰਿਪੋਰਟ ਹਰੇਕ ਵਾਰੀ ਕਰਾਉਂਦੇ ਜੀ। ਕੋਈ ਮੰਗ ਵੀ ਕੀਤੀ ਜਾਂ ਗਸ਼ਤ ਦੀ ਜਾਂ ਕੋਈ ਮੰਗ ਵਗੈਰਾ ਤਾਂ ਨਹੀਂ ਕੀਤੀ ਕੋਈ? ਠੀਕ, ਹੁਣ ਆਪਾਂ ਕੀ ਚਾਹੁੰਦੇ ਹਾਂ? ਆਪਾਂ ਚਾਹੁੰਦੇ ਵੀ ਚੋਰਾਂ ਨੂੰ ਪਕੜਿਆ ਜਾਵੇ ਅਤੇ ਸਾਡਾ ਸਮਾਨ ਬਰਾਮਦ ਕੀਤਾ ਜਾਵੇ। ਠੀਕ ਹੈ।